ਦੁਨੀਆ ਦੇ ਵੱਖ-ਵੱਖ ਕੋਨੇ ਚ ਬੈਠੇ ਪੀਟੀਸੀ ਵੇਖ ਰਹੇ ਸਾਰੇ ਹੀ ਤਸ਼ਕਰ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸਾਂਝ ਵਿਚਾਰਾਂ ਤੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜਿਨ੍ਹਾਂ ਸ਼ਖਸ਼ੇਤਾ ਨੂੰ ਅੱਜ ਤੁਹਾਡੇ ਰूबरू ਕਰਨ ਜਾ ਰਹੇ ਹਾਂ ਤੇ ਅੱਜ ਦਾ ਵਿਸ਼ਾ ਵੀ ਅਹਿਮ ਹੋਣ ਵਾਲਾ ਹੈ ਕੇਵਲ ਸਿੱਖ ਸਮਾਜ ਨਾਲ ਨਹੀਂ ਸਗੋਂ ਸਮੁੱਚੀ ਮਨੁੱਖਤਾ ਨਾਲ ਜੁੜਿਆ ਹੋਇਆ ਅਹਿਮ ਵਿਸ਼ਾ ਜਿਸ ਘਰ ਦੇ ਵਿੱਚ ਵੀ ਧੀ ਹੁੰਦੀ ਹੈ ਤੇ ਹਰ ਇੱਕ ਮਾਤਾ ਪਿਤਾ ਦੇ ਵੱਡਮੁੱਲਾ ਫਰਜ਼ ਹੈ ਕਿ ਸਾਡੀ ਧੀ ਦਾ ਅੱਛੇ ਘਰ ਵਿੱਚ ਵਿਆਹ ਹੋ ਜੇ ਸਾਡੀ ਧੀ ਦੀ ਜ਼ਿੰਦਗੀ ਸੁਖੀ ਹੋ ਜੇ ਤੇ ਉਸ ਨੂੰ ਵਿਆਹ ਨੂੰ ਕਰਨ ਵਾਸਤੇ ਮਾਤਾ ਪਿਤਾ ਕਰਜ਼ਾ ਤੱਕ ਲੈ ਲੈਂਦੇ ਨੇ ਜੀ ਹਾਂ ਅੱਜ ਦਾ ਸਾਡਾ ਵਿਸ਼ਾ ਹੈ ਦਾਜ ਪ੍ਰਥਾ ਸਿੱਖ ਸਮਾਜ ਦੇ ਵਿੱਚ ਕਿਸ ਤਰ੍ਹਾਂ ਦਾ ਦਾਜ ਦਿੱਤਾ ਜਾਂਦਾ ਹੈ ਜਾਂ ਦੂਜੇ ਸਮਾਜਾਂ ਦੀ ਗੱਲ ਕੀਤੀ ਜਾਵੇ ਉਸ ਤੇ ਕਿਸ ਤਰ੍ਹਾਂ ਦੇ ਦਾਜ ਦੀ ਗੱਲ ਕੀਤੀ ਗਈ ਹੈ ਗੁਰਬਾਣੀ ਦੇ ਵਿੱਚ ਕਿਸ ਤਰ੍ਹਾਂ ਦੇ ਦਾਜ ਦੀ ਗੱਲ ਕੀਤੀ ਗਈ ਹੈ ਅੱਜ ਇਸ ਵਿਸ਼ੇ ਨੂੰ ਤੁਹਾਡੇ ਰੂਬਰੂ ਕਰਨ ਲਈ ਪੰਥ ਦੀਆਂ ਬੜੀਆਂ ਪਿਆਰੀਆਂ ਸ਼ਖਸ਼ੀਅਤਾਂ ਜੀ ਹਾਂ ਸਿੱਖ ਚਿੰਤਨ ਸਾਡੇ ਅੱਤੇ ਸਤਕਾਜਗ ਭਾਈ ਸਾਹਿਬ ਭਾਈ ਜਗਜੀਤ ਸਿੰਘ ਦੁੱਧੇ ਅਤੇ ਸਿੱਖ ਪ੍ਰਚਾਰਕ ਭਾਈ ਸਰਤਾਜ ਸਿੰਘ ਜੀ ਬਸਰਾਵਾ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁੱਧ ਸਾਹਿਬ ਸਭ ਤੋਂ ਪਹਿਲੇ ਮੈਂ ਤੁਹਾਡੇ ਕੋਲ ਆਵਾਂਗਾ ਅਕਸਰ ਕਿਹਾ ਜਾਂਦਾ ਹੈ ਕਿ ਮਾਤਾ ਪਿਤਾ ਵੱਲੋਂ ਜੋ ਸੰਸਕਾਰ ਦਿੱਤੇ ਜਾਂਦੇ ਨੇ ਬੱਚੀ ਨੂੰ ਉਹ ਸੰਸਕਾਰ ਬੱਚੀ ਨੂੰ ਅਗਾਹ ਵੀ ਕੰਮ ਆਉਂਦੇ ਨੇ ਜਦੋਂ ਬੱਚੀ ਦਾ ਵਿਆਹ ਹੋ ਜਾਂਦਾ ਹੈ ਕੀ ਇਹ ਕੀ ਇਹ ਸੰਸਕਾਰ ਦਾਇ ਦਾ ਹਿੱਸਾ ਨਹੀਂ ਬਣ ਸਕਦੇ ਬਿਲਕੁਲ ਵੀਰ ਰਹਿਣਵੰਤ ਸਿੰਘ ਜੀ ਜੋ ਆਪ ਜੀ ਦਾ ਸਵਾਲ ਹੈ ਕਿ ਜੋ ਮਾਤਾ ਪਿਤਾ ਵੱਲੋਂ ਬੱਚੀ ਬੱਚੇ ਨੂੰ ਸੰਸਕਾਰ ਦਿੱਤੇ ਜਾਂਦੇ ਨੇ ਉਹਨਾਂ ਦੇ ਜੀਵਨ ਦਾ ਅੱਗੇ ਹਿੱਸਾ ਬਣ ਸਕਦਾ ਕਿ ਨਹੀਂ ਇਸ ਸਵਾਲ ਦੇ ਜਵਾਬ ਵਾਸਤੇ ਸਾਨੂੰ ਇਤਿਹਾਸ ਦੇ ਪੰਨਿਆਂ ਦੇ ਉੱਪਰ ਨਿਕਾ ਮਾਰਨੀ ਪਵੇਗੀ ਜੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਤਿਨਾਂ ਨੇ ਆਪਣੀ ਪੁੱਤਰੀ ਬੀਬੀ ਭਾਨੀ ਦਾ ਆਨੰਦ ਕਾਰਜ ਕੀਤਾ ਹੈ ਜੀ ਤੇ ਜਦੋਂ ਉਹਨਾਂ ਨੇ ਉਹਨਾਂ ਨੂੰ ਦਾਜ ਦਿੱਤਾ ਦਾਜ ਕਿਹੜਾ ਦਿੱਤਾ ਜੇ ਦੁਨਿਆਵੀ ਦਾਜ ਨਹੀਂ ਦਿੱਤਾ ਜਿਹੜਾ ਦਾਜ ਦਿੱਤਾ ਜੀ ਉਹ ਗੁਣਾਂ ਦਾ ਦਾਜ ਦਿੱਤਾ ਹੈ। ਕੀ ਬਾਤ ਹੈ? ਉਹ ਸਿੱਖਿਆ ਦੇ ਰੂਪ ਵਿੱਚ ਦਾਜ ਹੈ ਤੇ ਸ਼ਬਦਾਂ ਦੇ ਰੂਪ ਵਿੱਚ ਦਾਜ ਹੈ। ਉਹ ਸ਼ਬਦ ਕਿਹੜੇ ਨੇ? ਜਦੋਂ ਉਹਨਾਂ ਸ਼ਬਦਾਂ ਨੂੰ ਸੁਣੀਦਾ ਹੈ ਤੇ ਰੂਹ ਦੀ ਖੁਰਾਕ ਬਣ ਜਾਂਦੇ ਨੇ। ਰੂਹ ਤੱਕ ਸਕੂਨ ਦੇਣ ਵਾਲੇ ਸ਼ਬਦ ਨੇ। ਸਿੱਖ ਇਤਿਹਾਸ ਤੇ ਪੰਨਿਆਂ ਤੇ ਲਿਖੇ ਸ਼ਬਦ ਨੇ ਕਿ ਪੁੱਤਰੀ ਜਿੰਨਾ ਚਿਰ ਤੂੰ ਸਾਡੇ ਘਰ ਦੇ ਵਿੱਚ ਤੇਰੀ ਪਾਲਣ ਪੋਸ਼ਣ ਹੋਇਆ ਸਾਡੇ ਘਰ ਦਾ ਮਾਉਲ ਗੁਰਮਤਵਾਲਾ ਸੀ ਸਿੱਖਿਆ ਤੈਨੂੰ ਦਿੱਤੀ ਗਈ ਪਰ ਅੱਜ ਤੋਂ ਆਪਣੇ ਸਹੁਰੇ ਘਰ ਚੱਲੇ ਆ ਇਹਨਾਂ ਸ਼ਬਦਾਂ ਨੂੰ ਆਪਣੇ ਨਾਲ ਲੈ ਕੇ ਜਾਵੇਂ ਉਹਨਾਂ ਨੂੰ ਕੌਮ ਦੇ ਅੰਦਰ ਤਿੰਨ ਭੱਬਿਆਂ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ ਪਹਿਲਾ ਭੱਬਾ ਭਲਾ ਜੀ ਇਸ ਭਲਾ ਜੀ ਦਾ ਅਰਥ ਹੈ ਕਿ ਜਿਸ ਦੇ ਨਾਲ ਤੇਰਾ ਰਿਸ਼ਤਾ ਜੋੜਿਆ ਗਿਆ ਹੈ ਤਮਾਮ ਜ਼ਿੰਦਗੀ ਦੇ ਤਜਰਬਿਆਂ ਦੇ ਵਿੱਚੋਂ ਤੇਰੀ ਮਾਤਾ ਤੇ ਤੇਰੇ ਪਿਤਾ ਜੀ ਵੱਲੋਂ ਪੱਬਕੇ ਮਾਤਾ ਪਿਤਾ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਮਹਿਸੂਸ ਕੀਤਾ ਸੀ ਸਭ ਤੋਂ ਵਧੀਆ ਬੱਚੇ ਦੀ ਚੋਣ ਤੇਰੇ ਵਾਸਤੇ ਕੀਤੀ ਤੇਰੇ ਸੁਭਾਅ ਨੂੰ ਵੇਖਿਆ ਹੈ ਤੇਰੇ ਵਾਸਤੇ ਕੀ ਵਧੀਆ ਹੋ ਸਕਦਾ ਸੀ ਉਹ ਚੋਣ ਕਰਕੇ ਤੈਨੂੰ ਉਸ ਤੇ ਲੜ ਲਾ ਰਹੇ ਆ ਪਹਿਲਾ ਪੱਬਾ ਵੀ ਭਲਾ ਜੀ ਇਸਤੇ ਕਿੰਤੂ ਨਹੀਂ ਕਰਨਾ ਕੀ ਬਾਤ ਇਸਤੇ ਕਦੇ ਵੀ ਮਨ ਦੇ ਵਿੱਚ ਵਿਚਾਰ ਨਹੀਂ ਪੈਦਾ ਹੋਣ ਦੇਣੇ ਕਿ ਇਹ ਮੇਰੇ ਨਾਲ ਮੇਰੇ ਮਾਤਾ ਪਿਤਾ ਨੇ ਧੱਕਾ ਕੀਤਾ ਹੈ ਇਹ ਮੇਰੇ ਬਰਾਬਰ ਦਾ ਰਿਸ਼ਤਾ ਨਹੀਂ ਤੇ ਦੂਜਾ ਭੱਬਾ ਜਿਹੜਾ ਜੀ ਉਹ ਹੋਰ ਕਮਾਲ ਦਾ ਹੈ ਉਹ ਇਸ ਇਸ ਤਰ੍ਹਾਂ ਕਿਹਾ ਵਾ ਗੁਰੂ ਸਾਹਿਬ ਨੇ ਆਪਣੇ ਭੁੱਲੀ ਜਿਸ ਦਾ ਮਤਲਬ ਹੈ ਘਰ ਪਰਿਵਾਰ ਦੇ ਅੰਦਰ ਜਿਸ ਨੇ ਕੁਝ ਕਰਨਾ ਹੈ ਉਹਦੇ ਕੋਲੋਂ ਗਲਤੀ ਵੀ ਹੋਣੀ ਆ ਬਿਲਕੁਲ ਕਦੇ ਵੀ ਗਲਤੀ ਹੋ ਜਾਵੇ ਧੀਏ ਮਾਫੀ ਮੰਗਣ ਲੱਗਿਆ ਸੌਰੀ ਕਹਿਣ ਲੱਗਿਆ ਭੁੱਲੀ ਜੀ ਕਿਉਂਕਿ ਉਹ ਉਹਨਾਂ ਸਮਿਆਂ ਦੇ ਵਿੱਚ ਸ਼ਬਦ ਬੜੇ ਪਿਆਰੇ ਸਾਡੇ ਸਮਾਜ ਦੇ ਵਿੱਚ ਸਨ ਹੱਥ ਜੋੜਦੇ ਨੇ ਭੁੱਲੀ ਜੀ ਹੱਥ ਜੋੜ ਦੇਣੇ ਧੀਏ ਕਦੇ ਜਿਦ ਨਹੀਂ ਕਰਨੀ ਜਿਨ੍ਹਾਂ ਦੇ ਨਾਲ ਘਰਾਂ ਦੇ ਘਰ ਜਿਹੜੇ ਉਹ ਤਬਾਹ ਹੋ ਜਾਂਦੇ ਨੇ ਬਿਲਕੁਲ ਪਰਿਵਾਰਾਂ ਦੇ ਵਿੱਚ ਦਰੌਣਾ ਪੈ ਜਾਂਦੀਆਂ ਨੇ ਇਸ ਕਰਕੇ ਧੀਏ ਕਹਿ ਦੇਣਾ ਭੁੱਲੀ ਜੀ ਮੈਂ ਬੇਨਤੀ ਕਰਾਂ ਪੀਏ ਜਿਹੜੇ ਸ਼ਬਦ ਨੇ ਨਾ ਇਹ ਕੇਵਲ ਪੁੱਤਰੀ ਵਾਸਤੇ ਹੀ ਨਹੀਂਗੇ ਇਹ ਪੁੱਤਰ ਵਾਸਤੇ ਵੀ ਬਰਾਬਰ ਦੇ ਹੀ ਲਾਗੂ ਹੁੰਦੇ ਆ ਜਿਸ ਤਰ੍ਹਾਂ ਮੈਂ ਪਹਿਲੇ ਭੱਬੇ ਦੀ ਗੱਲ ਕੀਤੀ ਆ ਨਾ ਜੇ ਬੇਟੀ ਨੇ ਕੀਤੀ ਹੋਈ ਮਾਤਾ ਪਿਤਾ ਦੀ ਚੋਣ ਤੇ ਕਿੰਤੂ ਪਰੰਤੂ ਨਹੀਂ ਨਾ ਕਰਨਾ ਤੇ ਬੇਟੇ ਵਾਸਤੇ ਵੀ ਆ ਵੀ ਉਹ ਵੀ ਬਰਾਬਰ ਦਾ ਹੀ ਆਪਣੇ ਮਾਤਾ ਪਿਤਾ ਨੂੰ ਮਾਨ ਸਨਮਾਨ ਦੇਵੇ ਵੀ ਜਿਹੜੇ ਮੇਰੇ ਮਾਤਾ ਪਿਤਾ ਨੇ ਚੋਣ ਕੀਤੀ ਆ ਉਹ ਵੀ ਦੁਨੀਆ ਦੀ ਸਭ ਤੋਂ ਵਧੀਆ ਚੋਣ ਹੈ ਉਹਦੇ ਤੇ ਵੀ ਕਿੰਤੂ ਪਰੰਤੂ ਨਹੀਂ ਕਰਨਾ ਤੇ ਜੇ ਬੇਟੀ ਦੇ ਕੋਲੋਂ ਗਲਤੀ ਹੋ ਜਾਵੇ ਬੇਟੀ ਤਾਂ ਮਾਫੀ ਮੰਗ ਲਵੇਗੀ ਪਰ ਮਨੁੱਖ ਮਰਦ ਦੇ ਰੂਪ ਵਿੱਚ ਜਦੋਂ ਵਿਚਰਦਾ ਹੈ ਨਾ ਇਹਦੀ ਤਰਾਸ਼ ਦੀ ਆ ਇਹਦੀ ਧੌਣ ਦੇ ਵਿੱਚ ਕਿੱਲਾ ਹੰਕਾਰ ਦਾ ਇਹ ਮੁਆਫੀ ਮੰਗਣ ਲੱਗਿਆ ਕਈ ਵਾਰ ਸੈਂਕੜੇ ਵਾਰ ਸੋਚਦਾ ਹੈ ਵੀ ਮੈਂ ਮਰਦ ਹੋ ਕੇ ਮੁਆਫੀ ਮੰਗਾ ਏਸ ਕਰਕੇ ਘਰਾਂ ਦੇ ਅੰਦਰ ਬਹੁਤ ਹੀ ਕਲੇਸ਼ਾਂ ਦਾ ਜਨਮ ਹੁੰਦਾ ਹੈ ਤੇ ਤੀਸਰਾ ਸ਼ਬਦ ਮੇਰੇ ਪਾਤਸ਼ਾਹ ਨੇ ਕਿਹਾ ਧੀਏ ਬਾਣਾ ਜੀ ਤਿੰਨ ਪੱਬਿਆਂ ਦੀ ਗੱਲ ਮੈਂ ਕੀਤੀ ਸੀ ਦੋ ਪੱਬੇ ਸਾਂਝੇ ਕਰ ਲਿਆ ਤੀਜਾ ਪੱਬਾ ਹੈ ਬਾਣਾ ਜੀ ਇਹ ਜਿਸ ਪਰਿਵਾਰ ਦੇ ਨਾਲ ਤੇਰਾ ਨਾਤਾ ਜੋੜਿਆ ਹੈ ਉਸ ਪਰਿਵਾਰ ਦੇ ਅੰਦਰ ਅੱਜ ਸਭ ਕੁਝ ਦੁਨੀਆ ਦੇ ਸਾਧਨ ਸੁੱਖ ਸਹੂਲਤਾ ਤੰਦਰੁਸਤੀ ਦੀਆਂ ਦਾਤਾਂ ਸਾਰਾ ਕੁਝ ਹੈਗਾ ਹੈ ਪਰ ਸਮੇਂ ਦੇ ਬੀਤਣ ਦੇ ਨਾਲ ਕਦੇ ਵੀ ਕੋਈ ਪਹਾਣਾ ਵਾਪਰ ਸਕਦਾ ਹੈ ਕੋਈ ਪਰਿਵਾਰ ਦੇ ਅੰਦਰ ਆਰਥਿਕ ਪੱਖ ਕਮਜ਼ੋਰ ਹੋ ਸਕਦਾ ਹੈ ਕੋਈ ਪਰਿਵਾਰ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਬਿਮਾਰੀ ਲੈ ਲੋ ਜਦ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਆ ਜਾਵੇ ਕਿਉਂਕਿ ਸੁੱਖ ਦੁੱਖ ਦੋਏਦਰ ਕੱਪੜੇ ਪਹਿਰੇ ਜਾਏ ਮਨੁੱਖ ਸਮਾ ਇੱਕੋ ਜਾਨੀ ਰਹਿੰਦਾ ਹਰ ਸਮਾ ਇੱਕੋ ਜਾਨੀ ਰਹਿੰਦਾ ਇਹ ਢਲਦੇ ਪਰਿਸ਼ਾਵੇਂ ਨੇ ਜੇ ਅੱਜ ਅਮੀਰੀ ਹੈ ਕੱਲ ਨੂੰ ਗਰੀਬੀ ਆ ਸਕਦੀ ਹੈ ਅੱਜ ਤੰਦਰੁਸਤੀ ਹੈ ਤੇ ਕੱਲ ਨੂੰ ਕਦੇ ਵੀ ਸਿਹਤ ਦੇ ਵਿੱਚ ਕੋਈ ਬਿਮਾਰੀ ਘਰ ਦੇ ਵਿੱਚ ਆ ਸਕਦੀ ਧੀਏ ਐਸੇ ਹਾਲਾਤਾਂ ਦੇ ਵਿੱਚ ਵੀ ਦੰਬੀਆਂ ਪਖੰਡੀਆਂ ਅਖੌਤੀ ਤਾੰਤਰਿਕਾਂ ਦੇ ਕੋਲ ਨਹੀਂ ਜਾਣਾ ਕੇਵਲ ਉਸ ਮਾਲਕ ਤੇ ਭਰੋਸਾ ਰੱਖਦੇ ਆ ਉਹਦਾ ਨਾਮ ਲੈਣਾ ਇਹ ਵੇਖੋ ਜੀ ਕਿੰਨਾ ਵੱਡਾ ਗੁਰੂ ਸਾਹਿਬਾਨ ਜੀ ਨੇ ਸੰਦੇਸ਼ ਜਿਹੜਾ ਹੈ ਆਪਣੀ ਪੁੱਤਰੀ ਨੂੰ ਦਾਜ ਦੇ ਰੂਪ ਵਿੱਚ ਦਿੱਤਾ ਹੈ ਤੇ ਜਦੋਂ ਸੰਸਾਰ ਦੇ ਅੰਦਰ ਸਭ ਤੋਂ ਸਰਵੋਤਮ ਪਤੀ ਪਤਨੀ ਜੋੜੀਆਂ ਨੂੰ ਲੱਭਣਾ ਹੋਵੇ ਤੇ ਬੀਬੀ ਭਾਨੀ ਤੇ ਗੁਰੂ ਰਾਮਦਾਸ ਪਾਤਸ਼ਾਹ ਦਾ ਬਦਲ ਸੰਸਾਰ ਦੇ ਅੰਦਰ ਕੋਈ ਨਜ਼ਰੀ ਨਹੀਂ ਪੈਂਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਬੜਾ ਸੋਨਾ ਭਾਈ ਦੋਦੇ ਸਾਹਿਬ ਨੇ ਦੱਸਿਆ ਪੱਬਾ ਭਲਾ ਜੇ ਐ ਭੁੱਲੀ ਜੀ ਭਾਣਾ ਜੀ ਤੇ ਭਲਾ ਜੀ ਬੜੇ ਸੋਨੇ ਇਹ ਸ਼ਬਦ ਨੇ ਤਿੰਨੋਂ ਪੱਬੇ ਸੱਚਮੁੱਚ ਅੱਜ ਹਰ ਸਮਾਜ ਦੇ ਵਿੱਚੋ ਬੱਚੀ ਵਿਆਹੀ ਜਾਂਦੀ ਹੈ ਤੇ ਕੋਸ਼ਿਸ਼ ਕਰੀਏ ਹਰ ਮਾਤਾ ਪਿਤਾ ਆਪਣੀ ਬੱਚੀ ਨੂੰ ਆ ਤਿੰਨੋਂ ਪੱਬਿਆਂ ਦਾ ਦਾਜ ਜ਼ਰੂਰ ਜੀ ਮਸਰਾਲ ਸਾਹਿਬ ਤੁਹਾਡੇ ਵੱਲ ਮੈਂ ਆਵਾਂਗਾ ਇਹ ਤਾਂ ਹੀ ਇਤਿਹਾਸਕ ਪਛੋਖੜ ਦੀ ਗੱਲ ਜੋ ਸਾਡੇ ਇਤਿਹਾਸ ਨੇ ਸਾਡੀ ਇਹ ਰੋਸ਼ਨੀ ਪਾਈ ਹੈ ਕਿ ਆਉਣ ਵਾਲਾ ਸਮਾਂ ਕਿਉਂ ਜਾਵੇਗਾ ਸਾਡੇ ਪਰਿਵਾਰਾਂ ਦੇ ਵਿੱਚ ਜਦ ਬੱਚਿਆਂ ਨੂੰ ਕਿਸ ਤਰ੍ਹਾਂ ਦਾਤ ਦੇਣਾ ਚਾਹੀਦਾ ਜਦੋਂ ਅਸੀਂ ਮੌਜੂਦਾ ਸਮਾਂ ਵੇਖਦੇ ਹਾਂ ਹਰ ਕਾਰਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਕੀਤਾ ਜਾਂਦਾ ਹੈ ਇਸ ਤੋਂ ਅੱਗੇ ਚਾਰ ਲਾਵਾ ਵੀ ਗੁਰੂ ਗ੍ਰੰਥ ਸਾਹਿਬ ਦੇ ਅਲੇ ਦੁਆਲੇ ਕੈਨ ਤੋਂ ਪਾਪ ਕਿਸੇ ਵੀ ਸਮਾਜ ਦੇ ਵਿੱਚ ਬੱਚੀ ਦਾ ਵਿਆਹ ਹੋਵੇ ਜਾਂ ਬੱਚੀ ਦਾ ਆਨੰਦ ਕਾਜ ਹੋਵੇ ਉਹ ਆਪਣੇ ਧਰਮ ਦੇ ਮੁਤਾਬਕ ਸਾਰੇ ਕਾਰਜ ਕਰਦੇ ਨੇ ਕਿ ਉਹਨਾਂ ਥਾਵਾਂ ਤੇ ਵੀ ਦਾਜ ਦੀ ਪ੍ਰਥਾ ਬਾਰੇ ਕੋਈ ਗੱਲ ਨਹੀਂ ਕਹੀ ਜਾਂਦੀ ਸਭ ਤੋਂ ਪਹਿਲੀ ਬੇਨਤੀ ਹੈ ਕਰਨ ਲੱਗਾਂ ਜੀ ਕਿ ਗੁਰਬਾਣੀ ਪੜ੍ਹਦੇ ਹਾਂ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ੍ਰੀ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 78 ਦੇ ਉੱਤੇ ਇਹ ਬਖਸ਼ਿਸ਼ ਕੀਤੀ ਹਰ ਪ੍ਰਭ ਮੇਰੇ ਬਾਬਲਾ ਹਰ ਦੇਵ ਉਹ দান ਮੈਂ ਦਾਜੂ ਹਰ ਸੋਭਾ ਹਰ ਕੱਪੜ ਦੇਵੋ ਜਿਤ ਸਵਰ ਹੈ ਮੇਰਾ ਕਾਜੂ ਨਾਲ ਦੀ ਨਾਲ ਇੱਕ ਬੇਨਤੀ ਹੋਰ ਅਰਜ਼ ਕਰਾਂ ਔਰ ਇੱਥੇ ਸਤਿਗੁਰੂ ਜੀ ਨੇ ਇੱਕ ਬਖਸ਼ਿਸ਼ ਹੋਰ ਕੀਤੀ ਹੋਰ ਮਨਮੁਖ ਦਾਜ ਜੇ ਰਖ ਦਿਖਾਲੈ ਇੱਕ ਇੱਕ ਸ਼ਬਦ ਧਿਆਨਯੋਗ ਹੈ ਜੀ ਔਰ ਨਾਲ ਕਲੀਅਰ ਕਰ ਦਿੱਤੀ ਸਤਿਗੁਰੂ ਨੇ ਗੱਲ ਮਨਮੁਖ ਕਿਉਂਕਿ ਜਦੋਂ ਅ ਗੁਰਮੁਖ ਆਪਣੇ ਬੱਚੇ ਬੱਚੀ ਦਾ ਕਾਰਜ ਕਰਦਾ ਉੱਥੇ ਦਾਜ ਵਾਲੀ ਤੇ ਕੋਈ ਸੰਕੇਤ ਨਹੀਂ ਹੁੰਦਾ ਉੱਥੇ ਤੇ ਗੁਰਮੁਖ ਅ ਕਈ ਵਾਰੀ ਸਪਸ਼ਟ ਤੌਰ ਤੇ ਇਹ ਗੱਲ ਕਹਿ ਦਿੰਦਾ ਕਿ ਜੇ ਤੁਸੀਂ ਸ਼ਗਨ ਵਿੱਚ ਕੁਝ ਲੈ ਕੇ ਵੀ ਆਉਣਾ ਹੋਊਗਾ ਤਾਂ ਕਕਾਰ ਹੀ ਲੈ ਕੇ ਆਉਣੇ ਅਦਰਵਾਇਜ਼ ਹੋਰ ਕੋਈ ਚੀਜ਼ ਨਹੀਂ ਚਾਹੀਦਾ ਪਰ ਅੱਜ ਹਾਲਾਤ ਇਹੋ ਜਿਹੇ ਨੇ ਹਰ ਮਾਤਾ ਪਿਤਾ ਕਰਜ਼ਾ ਚੱਕ ਕੇ ਆਪਣਾ ਗਿਰਵੀ ਰੱਖ ਕੇ ਵੀ ਕਹਿੰਦੇ ਨੇ ਕਿ ਸਾਡੀ ਬੱਚੀ ਨੂੰ ਕਿਤੇ ਤਾਂ ਕੋਈ ਟੋਟ ਨਾ ਜਾਵੇ ਟਰੱਕ ਭਰ-ਭਰ ਕੇ ਵਸਤਾਂ ਦਿੱਤੀ ਜਾਂਦੀਆਂ ਨੇ ਪਹਿਲੀ ਤਿਆਰ ਜਿਵੇਂ ਤੁਹਾਡੇ ਅੱਗੇ ਇਹ ਕਰਨ ਲੱਗਾ ਵੀ ਇਦਾਂ ਦਾ ਵੀ ਸਮਾਜ ਸਮਾਜ ਦੇ ਅੰਦਰ ਆਇਆ ਜਦੋਂ ਲੋਕ ਬੱਚੀ ਨੂੰ ਜਨਮ ਦੇਣ ਤੋਂ ਵੀ ਡਰਦੇ ਸੀ ਇਸੇ ਕਰਕੇ ਕਾਰਨ ਵੀ ਕੱਲ ਨੂੰ ਬੱਚੀ ਨੂੰ ਵਿਆਹਣਾ ਕਿਉਂਕਿ ਹਾਲਾਤ ਇਦਾਂ ਦੇ ਬਣਿਆ ਸੰਸਾਰ ਦੇ ਅੰਦਰ ਥੋੜਾ ਜਿਹਾ ਮੈਂ ਇਤਿਹਾਸਕ ਪੱਖ ਤੋਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਦੇ ਇਤਿਹਾਸ ਵਿੱਚ ਇੱਕ ਬੇਨਤੀ ਕਰਦਾ ਜੀ ਫਿਰ ਅਸੀਂ ਵਾਪਸ ਇਸ ਇੱਥੇ ਹੀ ਆਵਾਂਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਪਣੇ ਸਭ ਤੋਂ ਛੋਟੇ ਸੁਪੁੱਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਮਹਾਰਾਜ ਜੀ ਦਾ ਆਨੰਦ ਕਾਰਜ ਲਾਲ ਚੰਦ ਤੇ ਵਿਸ਼ਨ ਕੌਰ ਦੀ ਧੀ ਜ ਜਨਾਂ ਨੂੰ ਆਪਾਂ ਮਾਤਾ ਗੁਜਰੀ ਮਾਂ ਗੁਜਰ ਕੌਰ ਜੀ ਕਹਿ ਕੇ ਯਾਦ ਕਰਦੇ ਹਾਂ ਜਦੋਂ ਉਹਨਾਂ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾਤਾ ਜੀ ਦਾ ਆਨੰਦ ਕਾਰਜ ਹੋਇਆ ਔਰ ਇਧਰ ਇੱਕ ਪਾਸੇ ਲੜਕੀ ਦੇ ਪਿਤਾ ਲਾਲਚੰਦ ਜੀ ਖੜੇ ਨੇ ਇੱਕ ਪਾਸੇ ਧੰਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਲੜਕੇ ਦੇ ਪਿਤਾ ਖੜੇ ਨੇ ਤੇ ਲਾਲਚੰਦ ਜੀ ਨੇ ਉਸ ਵੇਲੇ ਹੱਥ ਜੋੜ ਕੇ ਗੱਲ ਕਹੀ ਕਹਿੰਦੇ ਧੰਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਅਸੀਂ ਤੁਹਾਡੀ ਬਹੁਤੀ ਸੇਵਾ ਨਹੀਂ ਕਰ ਸਕਿਆ ਪਹਿਲੀ ਗੱਲ ਦੂਜੀ ਗੱਲ ਮੈਂ ਆਪਣੀ ਧੀ ਨੂੰ ਕੁਝ ਦੇ ਨਹੀਂ ਸਕਿਆ ਲੈ ਕੇ ਤੁਹਾਡੇ ਘਰ ਜਾਵੇ ਤੇ ਫਿਰ ਇੱਥੇ ਮੇਰੇ ਦਾਤਾਰ ਜੀ ਨੇ ਦੋ ਬਚਨ ਸੁਣਨ ਤੋਂ ਬਾਅਦ ਬੜਾ ਪਿਆਰਾ ਇੱਕ ਬਚਨ ਧੰਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਿਹਾ ਕਹਿਣ ਲੱਗੇ ਲਾਲਚੰਦ ਜੀ ਜਿਨੇ ਆਪਣੀ ਧੀ ਕਿਸੇ ਦੀ ਝੋਲੀ ਵਿੱਚ ਪਾ ਦਿੱਤੀ ਪਿੱਛੇ ਦੇਣ ਨੂੰ ਕੀ ਰਹਿ ਗਿਆ ਕੀ ਰਹਿ ਗਿਆ ਬਿਲਕੁਲ ਬਹੁਤ ਖੂਬ ਅਸੀਂ ਆਪਣੀ ਰਸਨਾ ਤੋਂ ਇਹ ਤੇ ਕਹਿੰਦੇ ਹਾਂ ਧੰਗੁਰੂ ਤੇ ਇੱਕ ਬਹਾਦਰ ਸਾਹਿਬ ਕਹਿਣਾ ਚਾਹੀਦਾ ਹੈ ਗੁਰੂ ਦਾ ਨਾਮ ਲੈਣਾ ਚਾਹੀਦਾ ਪਰ ਜੋ ਸਾਨੂੰ ਗੁਰੂ ਸਾਹਿਬ ਉਪਦੇਸ਼ ਦੇ ਕੇ ਗਏ ਉਨਾ ਤੇ ਕੋਈ ਨਾ ਉਪਦੇਸ਼ਾਂ ਦੇ ਸਦਕਾ ਸਾਡੇ ਘਰ ਪਰਿਵਾਰ ਸਾਡੇ ਬੱਚੇ ਬੱਚੀਆਂ ਦੇ ਘਰ ਪਰਿਵਾਰ ਸੁਖੀ ਵਸਣੇ ਸੀ ਸੁਖੀ ਵਸਣੇ ਹਨ ਸੁਖੀ ਵਸਦੇ ਰਹਿਣੇ ਹਨ ਉਹ ਸਿਧਾਂਤਾਂ ਤੇ ਪਹਿਰਾ ਨਹੀਂ ਦਿੱਤਾ ਉਹ ਸਿਧਾਂਤਾਂ ਤੇ ਅਸੀਂ ਪਹਿਰਾ ਦਿੱਤਾ ਹੀ ਨਹੀਂ ਉਹ ਉਪਦੇਸ਼ ਸਾਡੇ ਘਰਾਂ ਵਿੱਚ ਸਾਡੇ ਜੀਵਨ ਵਿੱਚ ਨਹੀਂ ਆਇਆ ਉਹ ਉਪਦੇਸ਼ ਅਸੀਂ ਵਿਸਾਰ ਬੈਠੇ ਹਾਂ ਜੇ ਉਹ ਉਪਦੇਸ਼ ਸਾਡੇ ਘਰਾਂ ਵਿੱਚ ਆ ਜਾਣ ਔਰ ਸੱਚ ਜਾਣਿਓ ਪਤਾ ਨਹੀਂ ਕਿੰਨੀਆਂ ਕੁ ਧੀਆਂ ਜਿਹੜੀਆਂ ਨੇ ਦਾਜ ਦੀ ਬਲੀ ਚੜਨ ਤੋਂ ਬਚ ਸਕਦੀਆਂ ਨੇ ਬਿਲਕੁਲ ਮੈਂ ਕਹਿੰਨਾ ਵੀ ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਦਾ ਦਿੱਤਾ ਹੋਇਆ ਉਪਦੇਸ਼ ਅੱਜ ਸਾਡੇ ਘਰਾਂ ਵਿੱਚ ਹੋਵੇ ਆ ਜਾਵੇ ਤੇ ਸਾਡੇ ਘਰਾਂ ਦਾ ਨਕਸ਼ਾ ਹੀ ਕੁਝ ਹੋਰ ਹੋਵੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਦੋਤੇ ਸਭ ਜੇਕਰ ਸਮਾਜ ਦੀ ਗੱਲ ਕੀਤੀ ਜਾਵੇ ਬੜਾ ਸੁਨਣਾ ਬਸਰਾਵਾ ਜੀ ਨੇ ਇਤਿਹਾਸਕ ਪੱਖ ਲੈ ਕੇ ਦੋਨੇ ਪਰਿਵਾਰਾਂ ਦੀ ਕਿਵੇਂ ਵਾਰਤਾਲਾਪ ਹੁੰਦੀ ਹੈ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਗੁਜਰੀ ਦੇ ਪਰਿਵਾਰ ਦੀ ਜੇਕਰ ਇਸ ਮੁੱਚੇ ਸਮਾਜ ਦੀ ਗੱਲ ਕੀਤੀ ਜਾਵੇ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦ ਤੂੰ ਮੇਰਾ ਭਰਾਤਾ ਗੁਰੂ ਗ੍ਰੰਥ ਸਾਹਿਬ ਦੀ ਝੋਰੀ ਸਾਰੇ ਕਾਰਜ ਕੀਤੇ ਜਾਂਦੇ ਨੇ ਆਨੰਦ ਸੰਸਕਾਰ ਵੀ ਬੱਚੇ ਦਾ ਜਨਮ ਸੰਸਕਾਰ ਵੀ ਇੱਥੋਂ ਤੱਕ ਕਿ ਅੰਤਮ ਅਰਦਾਸ ਵੀ ਪਰ ਜਦੋਂ ਜ਼ਿੰਦਗੀ ਪਤੀਤ ਕਰਦੇ ਆ ਮੈਂ ਇੱਕ ਪੱਖ ਲੈ ਜ਼ਿੰਦਗੀ ਦਾ ਉਦਾਜ ਦਾ ਅੱਜ ਦਾ ਸਮਾਜ ਅੱਜ ਦਾ ਜਿਹੜਾ ਸਮਾਜ ਦਾ ਮੂਹ ਮੰਹੰਦਰਾ ਬਿਲਕੁਲ ਵੱਖਰ ਹੈ ਅੱਜ ਦੇ ਮਾਤਾ ਪਿਤਾ ਆਪਣੀ ਬੱਚੀ ਕਰਕੇ ਚਿੰਤਤ ਨੇ ਕਿਸ ਤਰ੍ਹਾਂ ਦਾ ਦਾਜ ਕਿਉਂਕਿ ਹਰ ਮਾਤਾ ਪਿਤਾ ਚਾਹੁੰਦਾ ਆਪਣੀ ਬੱਚੀ ਨੂੰ ਵੱਧ ਤੋਂ ਵੱਧ ਦਾਜ ਦੇਵਾ ਕਿਸ ਤਰ੍ਹਾਂ ਦਾ ਦਾਜ ਹੋਣਾ ਚਾਹੀਦਾ ਆਪਾਂ ਜਿਸ ਤਰ੍ਹਾਂ ਪਹਿਲਾਂ ਡਾਕਟਰ ਸਾਹਿਬ ਜੀ ਗੱਲ ਕਰ ਚੁੱਕੇ ਆ ਕਿ ਬੱਚੀ ਬੱਚੇ ਨੂੰ ਦਾਜ ਕਿਸ ਤਰ੍ਹਾਂ ਦਾ ਦਿੱਤਾ ਜਾਵੇ ਤੇ ਉਹਦੇ ਵਿੱਚ ਬੜਾ ਸਪਸ਼ਟ ਗੱਲ ਹੋਈ ਹੈ ਕਿ ਦਾਜ ਗੁਣਾ ਰੂਪੀ ਦਿੱਤਾ ਜਾਣਾ ਚਾਹੀਦਾ ਵੀਰ ਬਸਰਾਵਾ ਜੀ ਹੋਣਾ ਨੇ ਵੀ ਬੜੇ ਵਿਸਥਾਰ ਨਾਲ ਗੁਰੂ ਸਾਹਿਬ ਦੀ ਪਾਵਨ ਪੰਗਤੀ ਸੰਝੀ ਕੀਤੀ ਆ ਕਿ ਨਾਮ ਦਾ ਦਾਜ ਜਿਹੜਾ ਹੈ ਉਹ ਗੁਰਸਿੱਖ ਪਰਿਵਾਰਾਂ ਦੇ ਵਿੱਚ ਦਿੱਤਾ ਜਾਣਾ অতি ਜ਼ਰੂਰੀ ਆ ਮੈਂ ਇਸ ਵਿਸ਼ੇ ਤੇ ਗੱਲ ਅੱਗੇ ਵਧਾਵਾਂ ਥੋੜਾ ਜਿਹਾ ਸਾਨੂੰ ਪਿਸ਼ੋਕੜ ਵੱਲੇ ਚਲੇ ਜਾਣਾ ਚਾਹੀਦਾ ਉਹ ਸਮਾਂ ਜਦੋਂ ਕਬੀਲਿਆਂ ਦੇ ਰੂਪ ਵਿੱਚ ਸਮਾਜ ਦੇ ਵਿੱਚ ਮਨੁੱਖ ਵਿਚਰਦਾ ਸੀ ਜੀ ਤੇ ਕਿਸੇ ਦਾ ਪੁੱਤਰ ਜਵਾਨ ਹੋ ਜਾਣਾ ਤੇ ਦੂਜੇ ਕਬੀਲੇ ਦੇ ਵਿੱਚ ਲੜਕੀ ਨੇ ਜਵਾਨ ਹੋ ਜਾਣਾ ਇੱਕ ਕਬੀਲਾ ਦੂਜੇ ਕਬੀਲੇ ਤੇ ਹਮਲਾ ਕਰਦਾ ਸੀ ਤੇ ਜਿਹੜਾ ਜਵਾਨ ਪੁੱਤਰ ਸੀ ਉਹਦਾ ਦੂਜੇ ਕਬੀਲੇ ਦੀ ਬੱਚੀ ਦੇ ਨਾਲ ਆਪਸ ਦੇ ਵਿੱਚ ਜ਼ਬਰਦਸਤੀ ਇਹਨੂੰ ਸਹਿਮਤੀ ਨਹੀਂ ਕਿਹਾ ਜਾ ਸਕਦਾ ਜਬਰਦਸਤੀ ਉਹਨੂੰ ਚੁੱਕ ਕੇ ਲੈ ਆਉਣਾ ਤੇ ਆਪਣੇ ਪਰਿਵਾਰ ਦੇ ਵਿੱਚ ਆਪਣੀ ਪਤਨੀ ਬਣਾ ਲੈਣਾ ਤੇ ਜਿਹੜੇ ਬਾਕੀ ਨਾਲ ਗਏ ਹੁੰਦੇ ਸੀ ਲੋਕ ਉਹਨਾਂ ਨੇ ਉਸ ਨਗਰ ਦੇ ਵਿੱਚ ਉਸ ਕਬੀਲੇ ਦੇ ਜਿਹੜੇ ਸਾਧਨ ਸਨ ਉਹਨਾਂ ਨੂੰ ਲੁੱਟ ਲੈਣਾ ਜੀ ਉਹਨਾਂ ਦੀ ਲੁੱਟਮਾਰ ਕਰ ਲੈਣੀ ਪਰ ਅੱਜ ਰੂਪ ਬਦਲਿਆ ਹੈ ਸਦੀਆਂ ਬੀਤ ਗਈਆਂ ਹੈ ਅੱਜ ਅਸੀਂ ਕਹਿੰਦੇ ਅਸੀਂ ਸਬਕ ਹੋ ਗਏ ਆ ਪਰ ਦਾਜ ਦੇ ਦੈਂਤ ਦਾ ਕੇਵਲ ਰੂਪ ਬਦਲਿਆ ਹੈ ਅੱਜ ਵੀ ਸਮਾਜ ਦੇ ਅੰਦਰ ਅੰਨੇ ਵਾਰ ਜੜੀ ਆ ਉਹ ਲੁੱਟ ਖਸੂਟ ਹੋ ਰਹੀ ਆ ਜਿਸ ਤਰ੍ਹਾਂ ਬਾਬਾ ਸ਼ੇਖ ਫਰੀਦ ਜੀ ਨੇ ਕਿਹਾ ਫਰੀਦਾ ਇਹ ਵਿਸ਼ ਗੰਦਲਾ ਧਰੀਆਂ ਖੰਡ ਲਿਵਾੜ ਅੱਜ ਯਹਰ ਦੀਆਂ ਗੰਦਲਾਂ ਦੇ ਉੱਤੇ ਖੰਡ ਦਾ ਗਲੇਫਾ ਚੜਿਆ ਹੋਇਆ ਹੈ ਅੱਜ ਦਾ ਮਾਂ ਬਾਪ ਆਪਣੇ ਬੱਚਿਆਂ ਨੂੰ ਗੁਣ ਦੇਣ ਦੀ ਥਾਂ ਤੇ ਕੇਵਲ ਰੁਪਈਆ ਪੈਸਾ ਗਹਿਣੇ ਤੇ ਟਰਾਲੀ ਦਾਜ ਦੀ ਦੇਣੀ ਬਿਹਤਰ ਸਮਝਦਾ ਹੈ ਕਿਉਂਕਿ ਜਿਨ੍ਹਾਂ ਬੱਚਿਆਂ ਨੂੰ ਇਹ ਦਾਜ ਨਹੀਂ ਦਿੱਤਾ ਜਾਂਦਾ ਉਹਨਾਂ ਦੇ ਬੱਚੇ ਪਿਛਲੀ ਸਦੀ ਦੇ ਵਿੱਚ ਤੇ ਸਟੋਵ ਫਟਦਾ ਸੀ ਤੇ ਧੀ ਸੜ ਜਾਂਦੀ ਸੀ ਸਮਾਂ ਬਦਲੇ ਆ ਫਿਰ ਗੈਸ ਫਟਣ ਲੱਗ ਪਈ ਗੈਸਾਂ ਦੇ ਨਾਲ ਸੜਨ ਲੱਗ ਪਈ ਪਰ ਮੈਂ ਇੱਕ ਕਈ ਵਾਰ ਸਵਾਲ ਮਨ ਦੇ ਅੰਦਰ ਜਨਮ ਲੈਂਦਾ ਲੱਖਾਂ ਹਜ਼ਾਰਾਂ ਸਟੋਵ ਫਟੇ ਧੀਆਂ ਪੈਣਾ ਸੜੀਆਂ ਪਰ ਕਦੀ ਸੱਸ ਨਹੀਂ ਸੜੀ ਜੇ ਨੌ ਤੇ ਸੱਸ ਇਕੱਠੀਆਂ ਕੰਮ ਕਰਨ ਕਦੀ ਇਸ ਤਰ੍ਹਾਂ ਦੀ ਮੈਂ ਕੋਈ ਐਫ ਆਈ ਆਰ ਥਾਣੇ ਦੇ ਵਿੱਚ ਦਰਜ ਹੋਈ ਨਹੀਂ ਦੇਖੀ ਕਿ ਸਟੋਵ ਫਟਿਆ ਤੇ ਨੌ ਵੀ ਸੜ ਗਈ ਆ ਤੇ ਸੱਸ ਵੀ ਸੜ ਗਈ ਆ ਜਾਂ ਸਿਲੰਡਰ ਫਟਿਆ ਹੈ ਨੌ ਵੀ ਸੜ ਗਈ ਆ ਤੇ ਸੱਸ ਵੀ ਸੜ ਗਈ ਆ ਜਦੋਂ ਵੀ ਸੜਦੀ ਆ ਕਿਸੇ ਮਨੁੱਖ ਦੀ ਧੀ ਸੜਦੀ ਆ ਕਿਸੇ ਵੀਰ ਦੀ ਭੈਣ ਸੜਦੀ ਆ ਇਹੀ ਕਾਰਨ ਆ ਕੋਈ ਵੀ ਮਨੁੱਖ ਜਿਹੜਾ ਹੈ ਨਾ ਉਹ ਧੀ ਦੇ ਜਨਮ ਤੋਂ ਚਿੰਤਾ ਦੇ ਵਿੱਚ ਜਿਹੜਾ ਡੁੱਬ ਜਾਂਦਾ ਬੇਸ਼ੱਕ ਸਮਾਜ ਨੇ ਵਿਦਿਆ ਦੇ ਖੇਤਰ ਵਿੱਚ ਬੁਲੰਦੀਆਂ ਛੂਲੀਆਂ ਅਸੀਂ ਸੱਤ ਸਮੁੰਦਰੋਂ ਪਾਰ ਵੀ ਕਿਉਂ ਨਹੀਂ ਜਾ ਚੁੱਕੇ ਪਰ ਜਿਹੜਾ ਦਾਜ ਦਾ ਦੈਂਤ ਆ ਉਹ ਨਰਕ ਉਹ ਅੱਜ ਵੀ ਨਿਰੰਤਰ ਸਮਾਜ ਵਿੱਚ ਭਿਆਨਕ ਰੂਪ ਲੈ ਕੇ ਪਹਿਲਾ ਨਾਲੋਂ ਵੀ ਭਿਆਨਕ ਰੂਪ ਲੈ ਕੇ ਜਦੋਂ ਕਬੀਲਿਆਂ ਦੇ ਵਿੱਚ ਸਮਾਜ ਇਸੀ ਤੇ ਲੁੱਟਮਾਰ ਸ਼ਰਿਆਮ ਕੀਤੀ ਜਾਂਦੀ ਸੀ ਅੱਜ ਰੂਪ ਬਦਲਿਆ ਤੇ ਅੱਜ ਰੂਪ ਬਦਲਿਆ ਹੈ ਦਾਜ ਦਾ ਦੈਂਤ ਸਮਾਜ ਦੇ ਅੰਦਰ ਫਰੀਦਾ ਇਹ ਵਿਸ਼ਗੰਧਲਾ ਤਾਰੀnga ਖੰਡ ਲਿਵਾੜ ਇਹਨਾਂ ਯਹਿਰ ਦੀਆਂ ਗੰਦਲਾਂ ਦਾਜ ਰੂਪੀ ਜਿਹੜੀਆਂ ਨਾ ਇਹਨਾਂ ਦੇ ਨਾਲ ਬੱਚੀ ਬੱਚੇ ਦੇ ਜੀਵਨ ਵਿੱਚ ਕਦੇ ਵੀ ਸੁੱਖ ਨਹੀਂ ਆਵੇਗਾ ਸੁੱਖ ਆਵੇਗਾ ਗੁਣਾ ਰੂਪੀ ਦਾਜ ਦੇ ਨਾਲ ਜੇ ਸਗੁਣਾ ਰੂਪੀ ਦਾਜ ਦੀ ਗੱਲ ਵੀਰ ਬਸਰਾਵਾਂ ਜੀ ਪਾਵਨ ਗੁਰਬਾਣੀ ਦੇ ਵਿੱਚੋਂ ਕਰ ਰਹੇ ਸੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਇੱਥੇ ਕਿ ਮੈਂ ਹੋਰ ਬੇਨਤੀ ਕਰਨਾ ਚਾਹਾਂਗਾ ਆਪਣੇ ਸਮਾਜ ਨੂੰ ਦੁੱਧ ਸਾਬ ਇਹ ਵੀ ਕਿਹਾ ਜਾਂਦਾ ਹੈ ਕਿ ਅੱਜ ਦੀ ਬੱਚੀ ਅੱਜ ਦੀ ਔਰਤ ਅੱਜ ਦੀ ਲੇਡੀਜ਼ ਮਰਦ ਦੇ ਬਰਾਬਰ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੀ ਹੈ ਆਧੁਨਿਕ ਯੁੱਗ ਦੇ ਵਿੱਚ ਵਿਚਰ ਰਹੇ ਆ ਪੜ੍ਹਾਈ ਦਾ ਯੁੱਗ ਹੈ ਆਧੁਨਿਕ ਯੁੱਗ ਹੈ ਵਿਦਿਆ ਦਾ ਯੁੱਗ ਹੈ ਬਰਾਬਰ ਦਾ ਤਾਦਕਾ ਹਰ ਦਿੱਤਾ ਜਾਂਦਾ ਹੈ ਕਿ ਆਜ ਦੇ ਯੁੱਗ ਵਿੱਚ ਵੀ ਇੰਨੇ ਵਧੀਆ ਯੁੱਗ ਦੇ ਵਿੱਚ ਬਹੁਤ ਅਗਾਵਾਦੂ ਸੋਚ ਦੇ ਮਾਲਕ ਹੁੰਦੇ باوجود ਵੀ ਇਹੋ ਜਿਹੇ ਦ੍ਰਿਸ਼ਟਾਂਤ ਵਾਪਰਦੇ ਨੇ ਬਿਲਕੁਲ ਜੀ ਮਨੁੱਖ ਨੇ ਕੇਵਲ ਕਾਗਜ਼ਾਂ ਦੀਆਂ ਡਿਗਰੀਆਂ ਡਿਗਰੀਆਂ ਰੂਪੀ ਕਾਗਜ਼ ਤਾਂ ਪ੍ਰਾਪਤ ਕਰ ਲਏ ਨੇ ਪਰ ਉਹ ਸੋਚ ਨਹੀਂ ਹੈ ਪਰ ਜਿਹੜੀ ਅੰਦਰ ਸੋਚ ਆ ਉਹ ਬਿਲਕੁਲ ਨਹੀਂ ਬੰਦ ਕਬੀਲਿਆਂ ਵਾਲੀ ਕਬੀਲਿਆਂ ਵਾਲੀ ਬਿਲਕੁਲ ਮਸਲਾ ਵਿੱਚ ਮੈਂ ਤੁਹਾਡੇ ਵੱਲ ਵੀ ਆਵਾਂਗਾ ਅਕਸਰ ਵੇਖਿਆ ਜਾਂਦਾ ਹੈ ਜਦੋਂ ਅਸੀਂ ਪਿੰਡਾਂ ਦੇ ਵਿੱਚ ਵਿਛੜਦੇ ਆ ਜਾਂ ਸ਼ਹਿਰਾਂ ਦੇ ਵਿੱਚ ਵਿਛੜਦੇ ਆ ਇਹ ਕਿਹਾ ਜਾਂਦਾ ਹੈ ਕਿ ਅਸੀਂ ਆਪਣੀ ਬੱਚੀ ਨੂੰ ਪੜਾਅ ਦਿੱਤਾ ਹੁਣ ਇਹਨਾਂ ਆਪਣਾ ਪਰਿਵਾਰ ਆਪ ਸਾਹਮਣਾ ਪਰ ਫਿਰ ਵੀ ਦੁੱਧਸਮ ਜਿਵੇਂ ਗੱਲ ਆਕੀ ਸੀ ਕਿ ਕੁੜਮਾਈ ਵੇਲੇ ਮੰਗਣੀ ਵੇਲੇ ਕੋਈ ਮੰਗ ਨਹੀਂ ਹੁੰਦੀ ਪਰ ਜੰਤੂ ਜਿਵੇਂ ਜਿਵੇਂ ਵਿਆਹ ਦੇ ਨੇੜੇ ਆਉਂਦੇ ਨੇ ਤੇ ਉਹ ਲਿਸਟ ਬੰਨੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਲੰਬੇ ਸਮੇਂ ਤੋਂ ਸੰਗਤ ਵਿੱਚ ਵਿਚਰ ਰਹੇ ਹੋ ਪਿੰਡਾਂ ਦੇ ਵਿੱਚ ਵੀ ਜਾਣਦੇ ਹੋ ਸ਼ਹਿਰਾਂ ਦੇ ਵਿੱਚ ਵੀ ਜਾਣਦੇ ਹੋ ਕਥਾ ਵਿਚਾਰ ਵਾਸਤੇ ਅੱਜ ਦਾ ਹਾਲਾਤ ਕੀ ਹੈ ਕਿਉਂਕਿ ਪੜਿਆ ਲਿਖਿਆ ਯੁੱਗਾਂ ਦੇ ਬਰਾਬਰ ਜਿੱਥੇ ਮਰਦ ਪੜ ਰਿਹਾ ਉੱਥੇ ਔਰਤ ਵੀ ਪੜ ਰਹੀ ਹੈ ਕਿ ਐਜੂਕੇਟਿਡ ਬੱਚਾ ਬੱਚੀ ਹੋਣ ਦੇ ਬਾਵਜੂਦ ਵੀ ਇਹ ਲੈਨਤ ਹੈ ਬਿਲਕੁਲ ਜੀ ਇਹ ਲੈਨਤ ਬਿਲਕੁਲ ਸਮਾਜ ਦੇ ਵਿੱਚ ਅੱਜ ਹੈ ਮੈਂ ਥੋੜਾ ਜਿਹਾ ਰੁਕਣ ਲੱਗਾ ਮੈਂ ਇੱਕ ਵਿਦਵਾਨ ਨੂੰ ਪੜ ਰਿਹਾ ਸੌਂ ਗੱਲ ਕਹਿੰਦਾ ਗੱਲ ਸ਼ੁਰੂ ਹੋਈ ਸੀ ਭਾਂਡਿਆਂ ਤੋਂ ਕੇਵਲ ਭਾਂਡਿਆਂ ਤੋਂ ਵੀ ਥੋੜੇ ਬਹੁਤੇ ਭਾਂਡੇ ਦੇਣੇ ਗੱਲ ਭਾਂਡਿਆਂ ਤੋਂ ਸ਼ੁਰੂ ਹੋਈ ਤੇ ਅੱਜ ਸਮਾਂ ਇਦਾਂ ਦਾ ਆ ਗਿਆ ਵੀ ਲੜਕੀ ਪਰਿਵਾਰ ਵਾਲਿਆਂ ਦੇ ਭਾਂਡੇ ਵਕਾਉਣ ਤੱਕ ਗੱਲ ਆ ਗਈ। ਘਰ ਦੇ ਭਾਂਡੇ ਵਕਾਉਣ ਤੱਕ ਗੱਲ ਆ ਗਈ। ਜੇ ਗੱਲ ਸਮਝ ਵਿੱਚ ਆਈ ਹੋਵੇ। ਬਿਲਕੁਲ। ਮੈਂ ਫੇਰ ਬਚਨ ਦੁਹਰਾ ਦਿਆਂ। ਗੱਲ ਕੇਵਲ ਬੱਚੀ ਨੂੰ ਭਾਂਡਿਆਂ ਦੇਣ ਤੋਂ ਮੜ ਜੀ ਸ਼ੁਰੂ ਹੋਈ ਸੀ। ਤੇ ਅੱਜ ਵਿਆਹ ਦੇ ਉੱਤੇ ਇੰਨਾ ਖਰਚਾ ਦਾਜ ਦੇ ਉੱਤੇ ਫਿਰ ਅੱਗੇ ਜਿਵੇਂ ਛਾਪਾਂ ਦੀਆਂ ਲਿਸਟਾਂ ਮੈਂ ਇੱਥੇ ਚਲੋ ਕਿਸੇ ਵੀ ਸੰਸਥਾ ਦਾ ਨਾਂ ਨਹੀਂ ਲੈਂਦਾ। ਧਾਰਮਿਕ ਆ ਕਿਸੇ ਸੰਸਥਾ ਦੇ ਧਾਰਮਿਕ ਆਗੂ ਦੇ ਪਰਿਵਾਰ ਵਿੱਚ ਕਿਸੇ ਬੱਚੇ ਬੱਚੀ ਦਾ ਵਿਆਹ ਹੋਵੇ 50-50 ਛਾਪਾਂ ਦੀਆਂ ਲਿਸਟਾਂ ਬੜੀਆਂ ਦੇਖੀਆਂ ਨੇ ਐਸੇ-ਐਸੇ ਇਲਾਕੇ ਨੇ ਪੰਜਾਬ ਦੀ ਧਰਤੀ ਤੇ ਮੰਨ ਲਓ ਜੇ ਮੁੰਡੇ ਨੂੰ 18 ਕਿੱਲੇ ਆਉਂਦੇ ਨੇ ਨਾ ਜੀ 18 ਕਿੱਲੇ ਜ਼ਮੀਨ ਦੇ ਆਉਂਦੇ ਨੇ ਤਾਂ 18 ਲੱਖ ਰੁਪਏ ਸ਼ਗਨ ਉਹਦੀ ਝੋਲੀ ਚ ਪਾਇਆ ਜਾਂਦਾ ਜਦਨ ਸਾਡੇ ਘਰਾਂ ਚ ਖੰਡਪਾਤ ਸਾਹਿਬ ਦਾ ਭੋਗ ਹੁੰਦਾ ਜਿਹਦੀ ਸਮਰੱਥ ਹੈਗੀ ਉਹ ਤਾਂ ਪਾ ਦੇਗਾ ਪਾ ਦਿੰਦਾ ਪਰ ਜਿਹਦੀ ਸਮਰੱਥਾ ਨਹੀਂ ਉਹ ਕੀ ਪਾਇ ਉਹਦੀ ਬੱਚੀ ਫੇਰ ਦਾ ਵਿਆਹ ਨਹੀਂ ਹੋਏਗਾ ਉਸ ਬੱਚੀ ਦਾ ਫੇਰ ਵਿਆਹ ਹੋਏਗਾ ਪਰ ਜਿਵੇਂ ਵੀਰ ਜੀ ਨੇ ਆਪ ਜੀ ਨੇ ਵੀ ਇੱਕ ਬੜਾ ਪਿਆਰਾ ਸਵਾਲ ਕੀਤਾ ਸੀ ਵੀ ਬੱਚੇ ਪੜ ਗਏ ਇੰਨੀ ਐਜੂਕੇਸ਼ਨ ਹੋਣ ਦੇ ਬਾਵਜੂਦ ਵੀ ਪਰ ਤੁਹਾਡੇ ਅੱਗੇ ਅਰਜ਼ ਹੈ ਇਹ ਜਿਹੜੀਆਂ ਕਿਤਾਬੀ ਗਿਆਨ ਜਾਂ ਜਿਹੜੀਆਂ ਡਿਗਰੀਆਂ ਪ੍ਰਾਪਤ ਕਰ ਲਈਆਂ ਨੇ ਉਹਦੇ ਨਾਲ ਸਾਡਾ ਜਿਹੜਾ ਬਾਹਰੀ ਤੌਰ ਤੇ ਅਸੀਂ ਉੱਚੇ ਹੋ ਗਏ ਪਦਵੀਆਂ ਉੱਚੀਆਂ ਹੋ ਗਈਆਂ ਧਨ ਕਰਕੇ ਚੇ ਹੋ ਗਏ ਘਰ ਉੱਚੇ ਹੋ ਗਏ ਸਾਡੇ ਕੱਪੜੇ ਸੋਹਣੇ ਹੋ ਗਏ ਸਾਡੇ ਕੋਲ ਗੱਡੀਆਂ ਵੱਡੀਆਂ ਹੋ ਗਈਆਂ ਪਰ ਸੋਚ ਜਿਹੜੀ ਅੰਦਰੋਂ ਸੋਚ ਉੱਚੀ ਕਰਨੀ ਆ ਉਹ ਨਹੀਂ ਉਹਦੇ ਲਈ ਤੇ ਤੁਹਾਨੂੰ ਸਾਨ ਗੁਰੂ ਰਾਮਦਾਸ ਮਹਾਰਾਜ ਦੇ ਉਹਨਾਂ ਬਚਨਾਂ ਦਾ ਧਾਰਨੀ ਹੋਣਾ ਪਏਗਾ ਜਿਹੜੇ ਬਚਨ ਮੇਰੇ ਬਾਪੂ ਗੁਰੂ ਰਾਮਦਾਸ ਮਹਾਰਾਜ ਨੇ 773 ਅੰਗ ਦੇ ਉੱਤੇ ਬਖਸ਼ਿਸ਼ ਕੀਤੇ ਤੇ ਬਚਨ ਕਹ ਦਿੱਤਾ ਸੀ ਸਤ ਸੰਤੋਖ ਕਰ ਪਾਓ ਜੇ ਦੁਨਿਆਵੀ ਰਿਸ਼ਤੇ ਨਾਤੇ ਨਿਭਾਉਣੇ ਨੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੁਨਿਆਵੀ ਰਿਸ਼ਤੇਆਂ ਨਾਤਿਆਂ ਦੇ ਵਿੱਚ ਸੁੱਖ ਹੋਵੇ ਮੈਂ ਥੋੜਾ ਜਿਹਾ ਫਿਰ ਇੱਥੇ ਰੁਕਣ ਲੱਗਾ ਤੇ ਤੁਹਾਡੇ ਨਾਲ ਕਰਜ ਕਰਨ ਲੱਗਾ ਇਤਿਹਾਸਿਕ ਪੱਖ ਤੋਂ ਤਨਗੁਰੂ ਨਾਨਕ ਸਾਹਿਬ ਦਾਤਾ ਜੀ ਮਹਾਰਾਜ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਬਰਾਜ਼ਮਾਨ ਨੇ ਅਗੇ ਗੁਰੂ ਨਾਨਕ ਸਾਹਿਬ ਦਾਤਾ ਜੀ ਮਹਾਰਾਜ ਦਾ ਵਿਆਹ ਕਰਦ ਨਹੀਂ ਹੋਇਆ ਤੇ ਉਸ ਵੇਲੇ ਜਦੋਂ ਪਿਤਾ ਜੀ ਪਿਤਾ ਮਹਿਤਾ ਕਲਿਆਣ ਦਾਸ ਜੀ ਸੁਲਤਾਨਪੁਰ ਲੋਧੀ ਗਏ ਨੇ ਆਪਣੀ ਧੀ ਨੂੰ ਮਿਲਣ ਗਏ ਨੇ ਜੈ ਰਾਮ ਜੀ ਨੂੰ ਮਿਲੇ ਨੇ ਜੈ ਰਾਮ ਜੀ ਨਾਲ ਗੱਲਬਾਤ ਕਰ ਰਹੇ ਨੇ ਪਿਤਾ ਮਹਿਤਾ ਕਲਿਆਣ ਦਾਸ ਜੀ ਕਹਿੰਦੇ ਕਹਿੰਦੇ ਵੀ ਜਦਾਂ ਮੈਂ ਧੀ ਵਾਲੇ ਪਾਸਿਓ ਸੁਖੀ ਹਾਂ ਆ ਸ਼ਬਦ ਬੜਾ ਧੰਨ ਦਿਨ ਜੋਗਾ ਬਈ ਮੈਂ ਧੀ ਵਾਲੇ ਪਾਸਿਓ ਸੁਖੀ ਹਾਂ ਇਸੇ ਤਰ੍ਹਾਂ ਮੇਰੀ ਤਮੰਨਾ ਹੈ ਕਿ ਮੇਰੇ ਪੁੱਤਰ ਦਾ ਵੀ ਵਿਆਹ ਕਾਰਜ ਹੋ ਜਾਵੇ ਤੇ ਮੈਂ ਪੁੱਤ ਵਾਲੇ ਪਾਸੇੋਂ ਵੀ ਸੁਖੀ ਹੋਵਾਂ ਸੁਖੀ ਹੋਵ ਹਰ ਮਾਂ ਬਾਪ ਦੀ ਇਹ ਤਮੰਨਾ ਹੁੰਦੀ ਹੈ ਬਿਲਕੁਲ ਕੋਈ ਮਾਂ ਬਾਪ ਇਹ ਨਹੀਂ ਚਾਹੁੰਦਾ ਕਿ ਮੇਰੇ ਧੀਆਂ ਪੁੱਤਰ ਜਿਹੜੇ ਨੇ ਉਹਨਾਂ ਦੇ ਉਹਨਾਂ ਦੇ ਵਿਆਹ ਕਾਰਜ ਹੋਣ ਤੇ ਉਹ ਵਿਆਹ ਕਾਰਜ ਤੋਂ ਬਾਅਦ ਉਹਨਾਂ ਦਾ ਖਲਾਰਾ ਪਵੇ ਕੋਈ ਮਾਂ ਬਾਪ ਨਹੀਂ ਚਾਹੁੰਦਾ ਕਿ ਗੱਲ ਜਿਹੜੀ ਆ ਥਾਣਿਆਂ ਤੱਕ ਜਾਵੇ ਜਾਂ ਗੱਲ ਜਿਹੜੀ ਐ ਸਾਡੀਆਂ ਸਾਡੀਆਂ ਜਿਹੜੀਆਂ ਬੜੀਆਂ ਹੋਈਆਂ ਅਦਾਲਤਾਂ ਬਰਾਦਰੀਆਂ ਦੇ ਵਿੱਚ ਜਾਵੇ ਬਰਾਦਰੀਆਂ ਦੇ ਵਿੱਚ ਜਾਵੇ ਗੱਲ ਪੰਚਾਇਤਾਂ ਤੱਕ ਵੀ ਜਾਂਦੀ ਹੈ ਗੱਲ ਥਾਣਿਆਂ ਤੱਕ ਵੀ ਜਾਂਦੀ ਹੈ ਗੱਲ ਕਚੈਰੀਆਂ ਕੋਟਾਂ ਤੱਕ ਵੀ ਜਾਂਦੀ ਹੈ ਔਰ ਗੱਲ ਅਸੀਂ ਦਾਜ ਦੀ ਕਰ ਰਹੇ ਹਾਂ ਧਿਆਨ ਚ ਰੱਖਿਓ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਗੁਣਾਂ ਦਾ ਦਾਜ ਜੇ ਤੇ ਗੁਣਾਂ ਦਾ ਦਾਜ ਦਿੱਤਾ ਹੋ ਤੇ ਘਰ ਸੁਖੀ ਵਸਣਗੇ ਹੀ ਵਸਣਗੇ ਬਿਲਕੁਕੁਲ ਤੇ ਜੇ ਆਪਾਂ ਗੁਣ ਨਹੀਂ ਦਿੱਤੇ ਵਸਤੂਆਂ ਤੱਕ ਸੀਮਤ ਰਹੇ ਜੇ ਅਸੀਂ ਦੁਨਿਆਵੀ ਦਾਜ ਤੱਕ ਪਦਾਰਥਾਂ ਤੱਕ ਦਾਜ ਦੇਣ ਤੱਕ ਹੀ ਸੀਮਤ ਰਹੇ ਤਾਂ ਯਾਦ ਰੱਖਿਓ ਉਹ ਕਈ ਵਾਰੀ ਸਮਾਨ ਜਾਂਦਾ ਵੀ ਵਖਿਆ ਆਂਦਾ ਸਮਾਨ ਆਂਦਾ ਵੀ ਵਖਿਆ ਉਹ ਸਮਾਨ ਠਾਣਿਆਂ ਦੇ ਵਿੱਚ ਰੁਲਦਾ ਵੀ ਵਖਿਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ 사త్సੰਗਤ ਜੀ ਸੋਚਿਆ ਸੀ ਇਸ ਵਿਸ਼ੇ ਨੂੰ ਨਾ ਚੋਈਏ ਪਰੰਤੂ ਇਹ ਸਮਾਜ ਨਾਲ ਜੁੜਿਆ ਵਿਸ਼ਾ ਇਸ ਸਾਡੀ ਜ਼ਿੰਦਗੀ ਨਾਲ ਜੁੜਿਆ ਅਹਿਮ ਵਿਸ਼ਾ ਹੈ ਅੱਜ ਇੱਕ ਨਹੀਂ ਅਨੇਕਾਂ ਇਹੋ ਜਿਹੇ ਬੱਚੀਆਂ ਇੱਕ ਨਹੀਂ ਅਨੇਕਾਂ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਇਹ ਭਾਣੇ ਵਾਪਰ ਚੁੱਕੇ ਨੇ ਗੁਰੂ ਕਿਰਪਾ ਕਰੇ ਜਿਸ ਬੱਚੀ ਦਾ ਵੀ ਆਨੰਦ ਕਾਰਜ ਹੋਵੇ ਜਿਸ ਬੱਚੀ ਵੀ ਦਾ ਵੀ ਵਿਆਹ ਹੋਵੇ ਉਹ ਪਰਿਵਾਰ ਵਿੱਚ ਸੁਖੀ ਬਸੇ ਤੇ ਅੱਜ ਉਹ ਪਰਵਾਸ ਸੁਖੀ ਬਸਣ ਦਾ ਕਾਰਨ ਕੀ ਹੈ ਸਾਨੂੰ ਮਾਤਾ ਪਿਤਾ ਨੂੰ ਸੋਚਣਾ ਪਵੇਗਾ ਬੜੇ ਸੋਹਣੇ ਵਿਚਾਰ ਭਾਈ ਜਗਜੀਤ ਸਿੰਘ ਦੋਦੇ ਤੇ ਭਾਈ ਸਰਤਾਜ ਸਿੰਘ ਬਸਰਾਵਾ ਨੇ ਅੱਜ ਸਾਡੇ ਨਾਲ ਸਾਂਝੇ ਕੀਤੇ ਨੇ ਗੁਰੂ ਕਿਰਪਾ ਕਰੇ ਸ ਇਹਨਾਂ ਵਿਚਾਰਾਂ ਨੂੰ ਜ਼ਿੰਦਗੀ ਦੇ ਵਿੱਚ ਅਪਣਾ ਸਕੀਏ ਦੋਦੇ ਸਾਬ ਸਮਾ ਬੜਾ ਸੀਮਤ ਆ ਆਪਣੇ ਕੋਲ ਇਕ ਮੈਂ ਬੇਨਤੀ ਜੁੜ ਕਰਾਂਗਾ ਬੱਚੀ ਦੇ ਜਨਮ ਤੋਂ ਹੀ ਪਿਓ ਚਿੰਤਤ ਪੈ ਜਾਂਦਾ ਹੈ ਬੱਚੀ ਨੂੰ ਪੜਾਉਣਾ ਵੀ ਹੈ ਬੱਚੀ ਦੇ ਲਈ ਦਾਜ ਵੀ ਇਕੱਠਾ ਕਰਨਾ ਹੈ ਬੱਚੀ ਜਿਸ ਪਰਿਵਾਰ ਵਿੱਚ ਜਾਵੇ ਉਸ ਪਰਿਵਾਰ ਸੁਖੀ ਰਵੇ ਇਹ ਨਹੀਂ ਕਿ ਵਿਆਹ ਕਰ ਦਿੱਤਾ ਬੱਚੀ ਦਾਜ ਦੇ ਤਾਂ ਨਹੀਂ ਅਖੀਰ ਇਸ ਵਾਸਤਕ ਪਿਓ ਚਿੰਤਤ ਹੈ ਬੱਚੀਆਂ ਵਾਸਤੇ ਤੁਸੀਂ ਜਿਵੇਂ ਦੱਸਿਆ ਅੱਜ ਸਾਡੀ ਸੋਚ ਨਹੀਂ ਬਦਲੀ ਅਸੀਂ ਐਜੂਕੇਸ਼ਨ ਪੱਖੋਂ ਬਹੁਤ ਤਰੱਕੀ ਕਰ ਲਈ ਵਿਦਕ ਪੱਖੋਂ ਬਹੁਤ ਤਰੱਕੀ ਕਰ ਲਈ ਜਿਸ ਘਰ ਵਿੱਚ ਬੱਚੇ ਦਾ ਜਨਮ ਹੋਵੇ ਮਾਤਾ ਪਿਤਾ ਦੀ ਤਿਆਰੀ ਕਿਹੋ ਜੀ ਚਾਹੀਦੀ ਹੈ ਤੇ ਜਿਸ ਘਰ ਵਿੱਚ ਬੱਚੇ ਦਾ ਜਨਮ ਹੋਵੇ ਉੱਥੇ ਮਾਤਾ ਪਿਤਾ ਦੀ ਤਿਆਰੀ ਕਿਸ ਤਰ੍ਹਾਂ ਚਾਹੀਦੀ ਹੈ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਬੇਨਤੀ ਹੈ ਡਾਕਟਰ ਸਾਹਿਬ ਜੀ ਮਾਤਾ ਪਿਤਾ ਦੀ ਤਿਆਰੀ ਦਾ ਅਸਰ ਬਿਲਕੁਲ ਬੱਚੇ ਤੇ ਹੁੰਦਾ ਜਿਸ ਤਰ੍ਹਾਂ ਦਾ ਮਾਵਾਪਾ ਦਾ ਜੀਵਨ ਹੋਵੇਗਾ ਸਭ ਤੋਂ ਵੱਡੀ ਅਗਵਾਈ ਬੱਚਿਆਂ ਵਾਸਤੇ ਮਾਪੇ ਹੁੰਦੇ ਨੇ ਮਾਵਾਪਾ ਬੱਚਿਆਂ ਵਾਸਤੇ ਚਾਨਣ ਮਨਾਰੇ ਦਾ ਕੰਮ ਕਰਦੇ ਨੇ ਬਿਲਕੁਲ ਜਿਹੜੀ ਸਿੱਖਿਆ ਅਸੀਂ ਆਪਣੇ ਬੱਚਿਆਂ ਨੂੰ ਦੇਣੀ ਚਾਹੁੰਦੇ ਆ ਉਹ ਸਿੱਖਿਆ ਸਭ ਤੋਂ ਪਹਿਲਾਂ ਬੱਚਿਆਂ ਦੇ ਜਨਮ ਤੋਂ ਵੀ ਪਹਿਲਾਂ ਕਿਉਂਕਿ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨੀ ਪਵੇਗੀ ਅਸੀਂ ਚਾਹੋਨੇ ਪਿਆ ਗੁਣ ਸਾਡੇ ਬੱਚਿਆਂ ਦੇ ਵਿੱਚ ਆ ਜਾਣ ਬੱਚਿਆਂ ਦੇ ਜਨਮ ਤੋਂ ਵੀ ਪਹਿਲਾਂ ਉਹਨਾਂ ਗੁਣਾਂ ਦੀ ਰਹਿਸਲ ਪਤੀ ਪਤਨੀ ਨੂੰ ਆਪਣੇ ਪਰਿਵਾਰ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਆਰੰਭ ਕਰ ਦੇਣੀ ਚਾਹੀਦੀ ਆ ਜੇਕਰ ਬੱਚੇ ਦੀ ਗੱਲ ਕੀਤੀ ਜਾਵੇ ਇੱਥੇ ਲੜਕੇ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਜਿੱਥੇ ਲੜਕੇ ਪ੍ਰਤੀ ਉਹਨਾਂ ਦੇ ਵੱਡਮੁੱਲੇ ਫਰਜ਼ ਨੇ ਅੱਜ ਬਹੁਤ ਆਤ ਗਿਣਤੀ ਚ ਹੋ ਰਿਹਾ ਹੈ ਘਰ ਵਿੱਚ ਲੜਕਾ ਵੀ ਹੈ ਤੇ ਲੜਕੀ ਵੀ ਪੈਦਾ ਹੋਈ ਹੈ ਲੜਕੇ ਨੂੰ ਪੜਾਇਆ ਜਾ ਰਿਹਾ ਹੈ ਖਾਸ ਕਰਕੇ ਲੜਕੇ ਵੱਲ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ ਲੜਕੀਆਂ ਵੱਲ ਨਹੀਂ ਅੱਜ ਦਾ ਸਮਾਂ ਜੇ ਆਪਾਂ ਅੱਜ ਦਾ ਸਮਾਂ ਵੇਖੀਏ ਤਾਂ ਮੈਂ ਮਹਿਸੂਸ ਕਰ ਰਿਹਾ ਹਾਂ ਵੀ ਲੜਕੀਆਂ ਜਿਹੜੀਆਂ ਨੇ ਲੜਕਿਆਂ ਨਾਲੋਂ ਵੱਧ ਪੜ ਰਹੀਆਂ ਨੇ ਕੋਈ ਸ਼ੱਕ ਨਹੀਂ ਇੱਕ ਗੱਲ ਆਮ ਬਜ਼ੁਰਗਾਂ ਵੱਲੋਂ ਕਹੀ ਜਾਂਦੀ ਹੈ ਸਨੇਤਾ ਪਰਾਇਆ ਧਨ ਇਹਨੇ ਵਿਆਹ ਕੇ ਚਲੇ ਜਾਣਾ ਇਹ ਸਾਡੇ ਨਾ ਘਰਾਂ ਦੇ ਵਿੱਚ ਮੈਂ ਸਿਰਕ ਬੇਨਤੀ ਕਰਦਾ ਹੁਣਾ ਜਦੋਂ ਵੀ ਕਿਤੇ ਗੁਰਮਤ ਪ੍ਰਚਾਰ ਲਈ ਕਥਾ ਵਿਚਾਰ ਲਈ ਜਾਂਦੇ ਸਾਡੇ ਘਰਾਂ ਚ ਦੋਹਾਂ ਘਰਾਂ ਚ ਉਹ ਘਰ ਬੱਚੀ ਲਈ ਪੇਕਿਆਂ ਵਾਲਾ ਘਰ ਵੀ ਤੇ ਬੱਚੀ ਲਈ ਸਹੁਰਿਆਂ ਵਾਲਾ ਘਰ ਵੀ ਸਾਡੇ ਘਰਾਂ ਚ ਇੱਕ ਆਮ ਸ਼ਬਦ ਜਿਹੜਾ ਜੂਜ਼ ਕੀਤਾ ਜਾਂਦਾ ਵਰਤਿਆ ਜਾਂਦਾ ਉਹ ਸ਼ਬਦ ਕੀ ਹੈ ਜੇ ਪੇਕਿਆਂ ਦੇ ਘਰ ਵਿੱਚ ਹੈ ਤਾਂ ਮਾਪਿਆਂ ਨੇ ਕਹਿਣਾ ਜੀ ਇਹ ਪਰਾਇਆ ਧਨ ਹੈ ਇਹਨੇ ਬਗਾਨੇ ਘਰ ਜਾਣਾ ਜਦੋਂ ਉਹ ਵਿਆਹ ਕੇ ਆਪਣੇ ਉਸ ਘਰ ਚ ਸਹੁਰੇ ਪਰਿਵਾਰ ਚ ਚਲੀ ਗਈ ਉਤੋਂ ਫੇਰ ਆਵਾਜ਼ ਹੀ ਆਉਂਦੀ ਹੈ ਇਹ ਬਗਾਨੇ ਕਰੋ ਆਈ ਹੈ ਆਪਣਾ ਆਪਣਾ ਕਰ ਕੋਈ ਨਹੀਂ ਅੱਜ ਸਾਡੇ ਰਿਸ਼ਤੇਆਂ ਨਾਟਿਆਂ ਦੇ ਵਿੱਚ ਅੱਜ ਸਾਡੇ ਰਿਸ਼ਤੇਆਂ ਨਾਟਿਆਂ ਦੇ ਵਿੱਚ ਇਦਾਂ ਕਹ ਲਈ ਮੈਂ ਫਿਰ ਉੱਥੇ ਤੁਹਾਡਾ ਧਿਆਨ ਗੁਰੂ ਰਾਮਦਾਸ ਜੀ ਦੇ ਬਚਨਾਂ ਤੇ ਮੈਨੂੰ ਵਾਰ-ਵਾਰ ਉਹ ਬਚਨ ਕਹਿਣੇ ਪੈਂਦੇ ਨੇ ਬਾਪੂ ਜੀ ਨੇ ਕਿਹਾ ਸੀ ਜੇ ਰਿਸ਼ਤੇ ਨਾਤੇ ਚ ਉਹਨਾਂ ਨਾਲ ਸਦੀਵ ਕਾਲ ਚੱਲਣ ਚੜ੍ਹਦੀ ਕਲਾ ਵਿੱਚ ਰਹਿਣ ਤਾਂ ਉਹਦੇ ਲਈ ਤੇਰੇ ਕੋਲ ਸੱਚ ਹੋਵੇ ਉਹਦੇ ਲਈ ਤੇਰੇ ਕੋਲ ਸੰਤੋਖ ਹੋਵੇ ਹੁਣ ਜਿੱਥੇ ਸੰਤੋਖ ਹੋਊਗਾ ਉਹ ਕਿ ਉਹ ਕਿਹੜੇ ਮੂੰਹ ਨਾਲ ਕਹਿ ਦਊਗਾ ਮੈਨੂੰ ਦਾਜ ਦਿਓ ਉਹ ਕਿਹੜੇ ਹੁਣ ਦਾਜ ਦੀ ਆਵਾਜ਼ ਤੇ ਉਹਦੇ ਅੰਦਰ ਹੋਣੀ ਹੈ ਜਿਹਦੇ ਅੰਦਰ ਲਾਲਚ ਦੀ ਭਾਵਨਾ ਹੈ ਬਿਲਕੁਲ ਔਰ ਮਾਫ ਕਰਨਾ ਕਿ ਬਹੁਤ ਵੱਡਾ ਸੱਚ ਮੈਂ ਵੀ ਤੁਹਾਡੇ ਅੱਗੇ ਰੱਖਣ ਲੱਗਾ ਅੱਜ ਦੇ ਸਮਾਜ ਦਾ ਕਈ ਵਾਰੀ ਤੇ ਕਈਆਂ ਦੀ ਝਾਕ ਹੁੰਦੀ ਆ ਵੀ ਅਸੀਂ ਆਪਣੇ ਪੁੱਤ ਦਾ ਰਿਸ਼ਤਾ ਕਰਨਾ ਹੀ ਉਥੇ ਹੈ ਜਿੱਥੇ ਕੱਲੀ ਹੋਈ ਕੁੜੀ ਹੋਵੇ ਸਾਰਾ ਕੁਝ ਕੱਲੀ ਹੋਈ ਕੁੜੀ ਹੋਵੇ ਹੋਰ ਹੋਵੇ ਕੁਖਣਾ ਹੋਰ ਹੋਵੇ ਕੁਝ ਨਾ ਬਸ ਸਮਾਨਤਾ ਛੱਡੋ ਅਗਲੇ ਤੇ ਚਾਹੁੰਦੇ ਅਗਲੇ ਦੀ ਪ੍ਰਾਪਰਟੀ ਜ਼ਮੀਨ ਘਰ ਵੀ ਸਾਡੇ ਕੋਲ ਹੀ ਆ ਜਾਏ ਇਹ ਸੋਚ ਆ ਜਾਂਦੇ ਸੋਚ ਅੱਜ ਦੇ ਸਮੇਂ ਦੀ ਆ ਕਰਨ ਸੰਤੋਖ ਹੈ ਨਹੀਂ ਇੱਕ ਹੁੰਦੀ ਲੋੜ ਇੱਕ ਹੁੰਦਾ ਲੋਭ ਅੱਜ ਜਿਹੜਾ ਅੱਜ ਰਿਸ਼ਤਿਆਂ ਅਨਾਤਿਆਂ ਦੇ ਵਿੱਚ ਬਸ ਗੁਰਬਾਣੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨਾਂ ਤੋਂ ਸਿੱਧ ਲੈ ਲਈਏ ਜਿੱਥੇ ਸੱਚ ਹੋਏਗਾ ਜਿੱਥੇ ਸੰਤੋਖ ਹੋਏਗਾ ਉੱਥੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਤ ਸੰਤੋਖ ਕਰ ਭਾਓ ਨਾਲ ਬਾਪੂ ਜੀ ਨੇ ਸ਼ਬਦ ਕਿਹਾ ਕੁੜਮ ਕੁੜਮਾਈ ਕੁੜਮ ਕੁੜਮਾਈ ਇਹ ਗੱਲਾਂ ਕੁੜਮਕ ਹੁਣ ਕੁੜਮਾਚਾਰੀ ਚ ਦੋਵੇਂ ਦੋਵੇਂ ਪਾਸੇ ਲੜਕੀ ਦੇ ਪਿਤਾ ਲੜਕੇ ਦਾ ਪਿਤਾ ਦੋਵੇਂ ਬਹਿ ਕੇ ਇਸ ਪੱਖ ਦੇ ਉੱਤੇ ਵਿਚਾਰਾਂ ਕਰਨ ਅੱਜ ਕੀ ਹੋਇਆ ਸੱਚ ਦੀ ਜਗ੍ਹਾ ਲਾ ਲਈ ਝੂਠ ਨੇ ਰਿਸ਼ਤੇ ਨਾਤੇ ਜਦੋਂ ਗੰਡੇ ਜਾਂਦੇ ਨੇ ਝੂਠ ਬੋਲਿਆ ਜਾਂਦਾ ਔਲੇ ਰੱਖੇ ਜਾਂਦੇ ਨੇ ਪੜਦੇ ਰੱਖੇ ਜਾਂਦੇ ਔਰ ਉਹ ਔਲੇ ਪੜਦੇ ਬੋਲਿਆ ਹੋਇਆ ਝੂਠ ਇੱਕ ਨਾ ਇੱਕ ਦਿਨ ਉਜਾਗਰ ਹੁੰਦਾ ਹੈ ਉਹਦੇ ਨਾਲ ਰਿਸ਼ਤਿਆਂ ਨਾਤਿਆਂ ਵਿੱਚ ਕੜਵਾਹਟ ਪੈਦਾ ਹੁੰਦੀ ਹੈ ਦੂਸਰੀ ਗੱਲ ਸੰਤੋਖ ਦੀ ਜਗ੍ਹਾ ਅੱਜ ਲੈ ਲਈ ਲਾਲਚ ਨੇ ਲਾਲਚੀ ਦਾਜ ਮੰਗੇਗਾ ਸੰਤੋਖੀ ਗੁਰੂ ਨਾਲ ਜੁੜਿਆ ਹੋਇਆ ਉਹ ਨਹੀਂ ਉਹ ਆਵਾਜ਼ ਦੇ ਕੇ ਕਹੇਗਾ ਪੜੋ ਤੁਸੀਂ ਆਨੰਦ ਸੰਸਕਾਰ ਨੂੰ ਉੱਥੇ ਤੇ ਲਿਖਿਆ ਹੈ ਕਿ ਜਦੋਂ ਲੜਕੇ ਲਈ ਵੀ ਲੈ ਕੇ ਜਾਣਾ ਤੇ ਕਕਾਰ ਲੈ ਕੇ ਜਾਣਾ ਤੇ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਕਿ ਇਹ ਗੁਰੂ ਨਾਨਕ ਦੇ ਸਿੱਖ ਇਹ ਤੁਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਿੱਖ ਕਹਣ ਵਾਲਿਆ ਗੁਰੂ ਕਿਹ ਪਿਆਰਿਆ ਜਦੋਂ ਆਪਣੇ ਬੱਚੇ ਦਰਸ਼ਤੇ ਰਿਸ਼ਤਾ ਕਰੇਗਾ ਨਾ ਲੜਕੀ ਵਾਲਿਆਂ ਨੂੰ ਕਹੀਂ ਕਿ ਸਰਬ ਲੋਹ ਦਾ ਕੜਾ ਲੈ ਆਇਓ ਸੋਨੇ ਦੇ ਕੜੇ ਦੀ ਝਾਕ ਨਾ ਰਖੀ ਕਲਗੀ ਤਰ ਬਾਪੂ ਕਹਿੰਦਾ ਤੂੰ ਸਰਬ ਲੋਹ ਦਾ ਕੜਾ ਮੰਗ ਕੇ ਤੇ ਵੇਖੋ ਮੇਰੇ ਆ ਪਿਆਰਿਆ ਤੇਰਾ ਬਾਪੂ ਤੇ ਇਦਾਂ ਦਾ ਹੈ ਜਿਹੜਾ ਸੋਨੇ ਦੇ ਕੰਗੜ ਨਦੀ ਵਿੱਚ ਸੁੱਟਦਾ ਹੈ ਤੇਰਾ ਤੇ ਬਾਪੂ ਇਦਾਂ ਦਾ ਹੈ ਜਿਹੜਾ ਤੀਰ ਦੇ ਨਾਲ ਸੋਨਾ ਲਾ ਲਾ ਕੇ ਤੀਰ ਚਲਾਉਂਦਾ ਹੈ ਤੇਰਾ ਤੇ ਬਾਪੂ ਏਦਾਂ ਦਾ ਹੈ ਜਿਹੜਾ ਗੋਦਾਵਰੀ ਚ ਚੁੱਕ-ਚੁੱਕ ਕੇ ਹੀਰੇ ਵੀ ਸੁੱਟਦਾ ਹੈ ਮੇਰਾ ਬਾਪੂ ਕਹਿੰਦਾ ਉਹ ਤੂੰ ਸੇਖ ਰਹਿਤ ਮਰਿਆਦਾ ਤੇ ਪਹਿਰਾ ਦਿੰਦਾ ਕਦੇ ਸਰਬ ਲੋਹ ਦਾ ਕੜਾ ਆਪਣੀ ਬਾਹ ਵਿੱਚ ਮੰਗ ਕੇ ਪਾ ਕੇ ਤੇ ਵੇਖ ਤੈਨੂੰ ਸੋਨੇ ਦੇ ਬਰਾਬਰ ਨਾਲ ਤੋਲ ਦਿੱਤਾ ਤੇ ਗੁਰੂ ਗੋਬਿੰਦ ਸਾਹਿਬ ਸਿੰਘ ਸਾਹਿਬ ਨਾ ਕਹੀਂ ਬਿਲਕੁਲ ਤੁਹਾਡੀ ਗੱਲ ਜੀ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜਾ ਅਹਿਮ ਵਿਸ਼ਾ ਤੁਹਾਡੇ ਰੂਬਰੂ ਕੀਤਾ ਹੈ ਬੜੇ ਦਿਲ ਦੇ ਵਲਵਲੇ ਸਾਂਝੇ ਕੀਤੇ ਨੇ ਸਮਾਜ ਦਾ ਇੱਕ ਐਹੋ ਜਿਹਾ ਸ਼ੀਸ਼ਾ ਅਸੀਂ ਵੀ ਵੇਖਿਆ ਜੋ ਸੱਚ ਹੈ ਤੁਸੀਂ ਵੀ ਵੇਖਿਆ ਜੋ ਸੱਚ ਹੈ ਪਰ ਇੱਕ ਮੈਂ ਬੇਨਤੀ ਜੁਰ ਕਰਾਂਗਾ ਮਾਤਾ ਪਿਤਾ ਨੂੰ ਜਦੋਂ ਤੁਸੀਂ ਆਪਣੀ ਬੱਚੀ ਦਾ ਆਨੰਦ ਕਾਰਜ ਕਰੀਏ ਆਪਣੇ ਬੱਚੇ ਦਾ ਵਿਆਹ ਕਰੀਏ ਘਟੋ ਘਟ ਪਹਿਲੇ ਚਾਰ ਲਾਵਾਂ ਦਾ ਪਾਠ ਅਰਥਾਂ ਸਹਿਤ ਕਰੀਏ ਅਤੇ ਸਿੱਖ ਰਤ ਮਰਿਆਦਾ ਦੋਸ਼ੀ ਰ ਅਕਾਲ ਤੱਕ ਸਭ ਤੋਂ ਪ੍ਰਮਾਣਿਤ ਹੈ ਉਹਦੇ ਚ ਲਿਖਿਆ ਹੋਇਆ ਆਨੰਦ ਸੰਸਕਾਰ ਵਾਲੀ ਕੋਟੇਸ਼ਨ ਨੂੰ ਪੂਰੀ ਤਰ੍ਹਾਂ ਪੜ੍ਹੀਏ ਫਿਰ ਪਤਾ ਲੱਗੇਗਾ ਸੀ ਆਪਣੇ ਬੱਚੇ ਦਾ ਵਿਆਹ ਕਿਵੇਂ ਕਰਨਾ ਹੈ ਤੇ ਸਾਡੀ ਬੱਚੀ ਜਿਸ ਘਰ ਵਿੱਚ ਜਾ ਰਹੀ ਹੈ ਕੀ ਉਹ ਘਰ ਸਾਡਾ ਹੈ ਕੀ ਉਸ ਪਰਿਵਾਰ ਦੀ ਬੱਚੀ ਕਿਵੇਂ ਜ਼ਿੰਦਗੀ ਪਤਿਤ ਕਰ ਸਕਦੀ ਹੈ ਕੇਵਲ ਦਾਜ ਦੇਣ ਤਕਸੀਮਤ ਨਹੀਂ ਅਸੀਂ ਸਦੀਵ ਕਰ ਆਪਣੀ ਬੱਚੀ ਨੂੰ ਤਿੰਨਾ ਭੱਬਿਆਂ ਨਾਲ ਜੋੜੀਏ ਤਿੰਨਾ ਭੱਬਿਆਂ ਤੋਂ ਇਲਾਵਾ ਉਹ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਜਿੱਥੇ ਸਾਡੀ ਪੂਰੀ ਜ਼ਿੰਦਗੀ ਨਿਰਭਰ ਕਰਦੀ ਹੈ ਸੋ ਆਸ ਕਰਦੇ ਆ ਤੁਹਾਨੂੰ ਅੱਜ ਦਾ ਵਿਸ਼ਾ ਬਹੁਤ ਹੀ ਆਨੰਦਮਈ ਤਾਂ ਨਹੀਂ ਕਹਿ ਸਕਦੇ ਇੱਕ ਸੱਚ ਦਿਖਾਉਣ ਵਾਲਾ ਇੱਕ ਸਾਡੀ ਜ਼ਿੰਦਗੀ ਦਾ ਰੋਸ਼ਨ ਮਨਾਰਾ ਬਣ ਕੇ ਕੰਮ ਕਰੇਗਾ ਹੁਣ ਸਾਨੂੰ ਦੁਆਗਿਆ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਆਪ ਸਮੂਹ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਫਿਰ ਮਿਲਾਂਗੇ ਨਵਾਂ ਵਿਚਾਰ ਲੈ ਕੇ ਨਵੇਂ ਮਹਿਮਾਨਾਂ ਨਾਲ ਤਦ ਤੱਕ ਅਸੀਂ ਆਪ ਸਾਰਿਆਂ ਤੋਂ ਖੇਮਤ ਦੇ ਜਾ ਚੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ